ਹੈਲੋ ਫਰੈਂਡ, ਅੱਜ ਆਪਾਂ ਬਣਾਵਾਂਗੇ ਮੈਂਗੋ ਆਈਸਕ੍ਰੀਮ। ਤੇ ਚਲੋ ਫਿਰ ਆਈਸਕ੍ਰੀਮ ਨੂੰ ਬਣਾਉਣਾ ਆਪਾਂ ਸ਼ੁਰੂ ਕਰਦੇ ਹਾਂ। ਤੇ ਇੱਧਰ ਫਰੈਂਡ ਆ ਨਾ ਸਾਡੀ ਗਲੀ ਦੇ ਡੋਗੀ ਦੇ ਬੱਚੇ ਦਿੱਤੇ ਨੇ, ਇਹ 7-8 ਨੇ। ਆ ਦੇਖੋ ਛੋਟੇ ਛੋਟੇ, ਬੜੇ ਪਿਆਰੇ ਕਿਊਟ ਨੇ ਬਹੁਤ। ਤੇ ਇਹ ਫਿਰ ਨਾ ਹੁਣ ਇੱਥੇ ਘਰ ਕੋਲ ਆ ਗਏ ਸੀਗੇ ਸਾਡੇ। ਫਿਰ ਇਹਨਾਂ ਨੂੰ ਮੈਂ ਦੁੱਧ ਬਾਹਰ ਨਾ ਡੋਂਗੇ ਦੇ ਵਿੱਚ ਦੁੱਧ ਪਾਇਆ। ਆ ਵੇਖ ਲਓ ਕਿੱਦਾਂ ਆਪਸ ਦੇ ਵਿੱਚ ਲੜੀ ਜਾਂਦੇ ਨੇ ਇੱਕ ਦੂਸਰੇ ਨੂੰ ਪਰੇ ਪਰੇ ਕਰਕੇ ਦੁੱਧ ਪੀਣ ਨੂੰ ਕਰਦੇ ਪਏ ਨੇ। ਅਤੇ ਆ ਇਕੱਲਾ ਵਿਚਾਰਾ ਫਿਰ ਆਰਾਮ ਨਾਲ ਦੁੱਧ ਪੀ ਕੇ ਅਤੇ ਅੰਦਰ ਨੂੰ ਠੰਡੇ ਫਰਸ਼ 'ਤੇ ਬਹਿਣ ਨੂੰ ਕਰਦਾ ਪਿਆ ਇਹ। ਅਤੇ ਬਹੁਤ ਹੀ ਪਿਆਰੇ ਲੱਗਦੇ ਨੇ। ਅਤੇ ਮੈਂ ਸੋਚਿਆ ਚਲੋ ਵੀਡੀਓ ਬਣਾ ਲੈਂਦੇ, ਮੈਨੂੰ ਬਹੁਤ ਜ਼ਿਆਦਾ ਵਧੀਆ ਲੱਗਦੇ ਪਏ ਸੀ ਕੁੱਤੇ ਇਹ। ਹੁਣ ਫਰੈਂਡ ਆਪਾਂ ਆਈਸਕ੍ਰੀਮ ਨੂੰ ਬਣਾਉਣਾ ਸ਼ੁਰੂ ਕਰਦੇ ਹਾਂ। ਮਿਕਸੀ ਦੇ ਵਿੱਚ ਇਹਨੂੰ ਆਪਾਂ ਪੂਰੀ ਤਰ੍ਹਾਂ ਮਤਲਬ ਕਿ ਨਹੀਂ ਮਿਕਸੀ ਚਲਾਉਣੀ ਹੈਗੀ ਹੈ। ਪੈਕ ਕਰਨ ਵਾਲਾ ਐਲਮੋਨੀਅਮ ਫੋਇਲ
ਆ ਗਏ ਇਹਨੂੰ ਮੈਂ ਡਬਲ ਫੋਲਡ ਕਰ ਤੁਸੀਂ ਸਿੰਗਲ ਵੀ ਕਰ ਸਕਦੇ ਭਾਵੇਂ ਐਦਾਂ ਸੈੱਟ ਕਰਕੇ ਫਿਰ ਇਹਦੇ ਉੱਪਰ ਆਪਾਂ ਢੱਕਣ ਲਗਾ ਦਾਂਗੇ ਇਹਨੂੰ ਪੱਕਾ ਫਿਕਸ ਕਰ ਲਾਂਗੇ ਤੇ ਹੁਣ ਇਹਨੂੰ ਆਪਾਂ 3 ਤੋਂ 4 ਘੰਟੇ ਲਈ ਫ੍ਰੀਜ਼ਰ ਦੇ ਵਿੱਚ ਰੱਖਾਂਗੇ ਤੇ ਫਿਰ ਆਪਾਂ 4 ਕੁ ਘੰਟੇ ਬਾਅਦ ਇੱਕ ਵਾਰੀ ਚੈੱਕ ਕਰਾਂਗੇ ਆਪਣੀ ਆਈਸਕ੍ਰੀਮ ਮੈਨੂੰ ਤੇ ਤੁਹਾਨੂੰ ਮੇਰੀ ਵੀਡੀਓ ਕਿੱਦਾਂ ਦੀ ਲੱਗਦੀਆਂ ਨੇ ਅਤੇ ਮੇਰੀ ਵੀਡੀਓ ਦੇਖਣ ਲਈ ਫਰੈਂਡ ਬਹੁਤ ਬਹੁਤ ਤੁਹਾਡਾ ਥੈਂਕ